ਹਜ਼ੂਰ ਸਾਹਿਬ ਜਾ ਰਹੇ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ ਔਰ ਕਾਰ ਚਲਾ ਰਹੇ ਡਰਾਈਵਰ ਦੀ ਵੀ ਜਾਨ ਚਲੀ ਗਈ। ਮਰਨ ਵਾਲਿਆਂ ਦੇ ਵਿੱਚ ਦਾਦੀ ਪੋਤਾ, ਮਾਂ ਪੁੱਤ ਅਤੇ ਡਰਾਈਵਰ ਸ਼ਾਮਲ ਨੇ। ਤਾਂ ਦਾਦੀ ਪੋਤੇ ਦਾ ਅੱਜ ਨਮ ਅੱਖਾਂ ਦੇ ਨਾਲ ਸੰਸਕਾਰ ਕੀਤਾ ਗਿਆ ਔਰ ਦੂਜੇ ਬੰਨੇ ਜੋ ਮਾਂ ਪੁੱਤ ਸੀ ਉਹ ਕੈਨੇਡਾ ਤੋਂ ਆਏ ਸੀ। ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਮਾਂ ਪੁੱਤ ਦੀਆਂ ਲਾਸ਼ਾਂ ਨੂੰ ਕੈਨੇਡਾ ਦੇ ਵਿੱਚ ਭੇਜ ਦਿੱਤਾ। ਦੂਜੇ ਪਾਸੇ ਦਾਦੀ ਪੋਤੇ ਦਾ ਅੱਜ ਸੰਸਕਾਰ ਕੀਤਾ ਗਿਆ। 28 ਜੂਨ ਦਾ ਦਿਨ ਸੀ ਜਦੋਂ ਇਹ ਮੰਦਭਾਗੀ ਘਟਨਾ ਘਟੀ। ਨਵਾਂ ਸ਼ਹਿਰ ਦੇ ਪਿੰਡ ਝੀਂਗੜਾ ਦਾ ਇਹ ਪਰਿਵਾਰ ਸੀ। ਡਰਾਈਵਰ ਜਸਵਿੰਦਰ ਸਿੰਘ, ਜਿਸ ਦੀ ਉਮਰ 35 ਸਾਲ ਦੀ ਸੀ, ਪਿੰਡ ਹੈਡੀਆਂ ਦਾ ਰਹਿਣ ਵਾਲਾ ਸੀ, ਉਸ ਦਾ ਸੰਸਕਾਰ ਕੀਤਾ ਗਿਆ। ਔਰ ਭਜਨ ਕੌਰ ਦਾਦੀ, ਜਿਸ ਦੀ ਉਮਰ 70 ਸਾਲ ਦੀ ਸੀ, ਉਸ ਦਾ ਪੋਤਾ ਜਤਿੰਦਰ ਸਿੰਘ, ਜਿਸ ਦੀ ਉਮਰ 21 ਸਾਲ ਦੀ ਸੀ, ਇਹਨਾਂ ਦੋਵਾਂ ਦਾ ਅੱਜ ਪਿੰਡ ਝੀਂਗੜਾ ਦੇ ਵਿੱਚ ਸੰਸਕਾਰ ਕੀਤਾ ਗਿਆ। ਸੰਸਕਾਰ ਮੌਕੇ ਭਾਰੀ ਗਿਣਤੀ ਦੇ ਵਿੱਚ ਸਕੇ ਸੰਬੰਧੀ ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਮੌਜੂਦ ਰਹੇ। ਔਰ ਇਸ ਹਾਦਸੇ ਦੇ ਵਿੱਚ ਇੱਕ ਮਾਂ ਪੁੱਤ ਦੀ ਮੌਤ ਹੋਈ। ਕੈਨੇਡਾ ਤੋਂ ਆਏ ਸੀ, ਸ੍ਰੀ ਹਜ਼ੂਰ ਸਾਹਿਬ ਜਾ ਰਹੇ ਸੀ, ਰਸਤੇ ਦੇ ਵਿੱਚ ਦਰਦਨਾਕ ਭਾਣਾ ਵਾਪਰ ਗਿਆ। ਮਾਂ ਪੁੱਤ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ। ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਦੀਆਂ ਲਾਸ਼ਾਂ ਨੂੰ ਕੈਨੇਡਾ ਦੇ ਵਿੱਚ ਭੇਜ ਦਿੱਤਾ ਗਿਆ। ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਤਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਨਵਾਂ ਸ਼ਹਿਰ ਦੇ ਪਿੰਡ ਝੀਂਗੜਾ ਦਾ ਇਹ ਪੂਰਾ ਮਾਮਲਾ ਹੈ। ਪੂਰਾ ਪਰਿਵਾਰ ਕਾਰ 'ਚ ਸਵਾਰ ਹੋ ਕੇ ਸ੍ਰੀ ਹਜ਼ੂਰ ਸਾਹਿਬ ਜਾ ਰਿਹਾ ਸੀ, ਤਾਂ ਰਸਤੇ ਦੇ ਵਿੱਚ ਕਾਰ ਦੀ ਟਰੱਕ ਦੇ ਨਾਲ ਟੱਕਰ ਹੋਈ, ਜਿਸ ਮੌਕੇ ਦਰਦਨਾਕ ਹਾਦਸਾ ਹੋ ਗਿਆ। ਮਾਂ ਪੁੱਤ, ਦਾਦੀ ਪੋਤਾ ਤੇ ਕਾਰ ਚਲਾ ਰਹੇ ਡਰਾਈਵਰ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਅੱਜ ਪਿੰਡ ਝੀਂਗੜਾ ਵਿਖੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰ ਵਾਸੀਆਂ ਨੂੰ ਲੱਗਾ। ਸਾਡੇ ਬਹੁਤ ਹੀ ਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ, ਉਹਨਾਂ ਦੀ ਨੂੰਹ ਬੀਬੀ ਭਜਨ ਕੌਰ, ਉਹਨਾਂ ਦਾ ਪੋਤਾ ਜਤਿੰਦਰ ਤੇਜਿੰਦਰ ਸਿੰਘ, ਇਹ ਉਹਨਾਂ ਦੇ ਨਾਲ ਹੇੜੀਆਂ ਪਿੰਡ ਤੋਂ ਡਰਾਈਵਰ, ਇਹ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ, ਚਾਰੇ ਪੰਜੇ ਜਣੇ ਜੀ ਜਿਹੜੇ ਹਜ਼ੂਰ ਸਾਹਿਬ ਯਾਤਰਾ ਵਾਸਤੇ ਗਏ ਸਨ, ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਮੱਥਾ ਟੇਕ ਕੇ ਮਹਾਰਾਜ ਦਾ ਨਾਂ ਲੈ ਕੇ ਗਏ ਸਨ। ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਟਰੱਕ ਦੇ ਨਾਲ ਹੋ ਗਿਆ, ਜਿਹਦੇ ਵਿੱਚ 5 ਜੀਆਂ ਦੀ ਜਿਹੜੀ ਜਾਨ ਚਲ ਗਈ। ਅੱਜ ਤੇਜਿੰਦਰ ਸਿੰਘ ਅਤੇ ਮਾਤਾ ਭਜਨ ਕੌਰ ਜੀ ਨੂੰ ਜਿਹੜੇ ਸੰਸਕਾਰ ਪਿੰਡ ਝੀਂਗੜਾ ਵਿਖੇ ਜਿਹੜਾ ਸ਼ਮਸ਼ਾਨ ਘਾਟ ਵਿਖੇ ਜਿਹੜਾ ਕੀਤਾ ਗਿਆ, ਤੋਂ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ। ਜਿਹੜੀਆਂ 2 ਦੂਜੀਆਂ ਸੀਗੀਆਂ, 2 ਇਹਨਾਂ ਦੇ ਮਾਸੀ ਦਾ ਲੜਕਾ ਅਤੇ ਮਾਸੀ, ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ, ਉੱਥੇ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨਗਰ ਵਾਸੀਆਂ ਵਾਸਤੇ, ਇਲਾਕੇ ਵਾਸਤੇ, ਪਿੰਡ ਵਾਸਤੇ, ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ, ਬਹੁਤ ਚੰਗੀ ਮਾਤਾ ਸੀ, ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੱਸ ਕੇ ਗਈ ਕਿ ਮੈਂ ਯਾਤਰਾ 'ਤੇ ਚੱਲੀ ਹਾਂ। ਬਹੁਤ ਦੁੱਖ ਦੀ ਜਿਹੜੀ ਅਸਾਂ ਤੋਂ ਬੋਲ ਬੋਲੇ ਨਹੀਂ ਜਾ ਸਕਦੇ।